सरदार ने कहनी साडे जदो आए ने असी इथे नेता जी नूं बुलाया ना ते सानू ना चेक हथ च 2 लाख रुपया दा फड़ाया जी। एक मेरी भैन खड़ी है, एक मैं खड़ा, सानू ने हथ च चेक फड़ा के दिखाया उदो लई इथे जी। इहनूं पै पुछिया भी सानू कोई पैसा नहीं दे के जांदा रहा इथे, कोई भी इथे मंत्री शंत्री कोई भी नरेश कुमार मैं इथो रहण वाला वसनीक है जी। इस तू 20 साल पहला दी गल है जी कि बड़िया ही पार्टियां आईया कि जिन्हां ने अजे तक कुछ भी नहीं किया। ਸਾਡੇ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਦੇ MLA ਬਣਨ ਤੇ ਉਹਨਾਂ ਨੇ ਜਿਹੜੇ ਕਈ ਸੀ ਵਿਚਾਰੇ ਗਰੀਬ ਘਰ ਤੇ ਗਲੀਆਂ ਵਿੱਚ ਨਰਕ ਵੱਜਿਆ ਪਿਆ ਸੀਗਾ ਕਿ ਉਹਨਾਂ ਨੇ ਟਾਈਲਾਂ ਲਵਾਈਆਂ ਔਰ ਜਿਨ੍ਹਾਂ ਕੋਲੋਂ ਛੱਤ ਨਹੀਂ ਹੈਗੀ ਸੀ ਉਹ ਗਰੀਬ ਪਰਿਵਾਰ ਸੀਗਾ ਉਹਨਾਂ ਨੂੰ ਛੱਤਾਂ ਵੀ ਦਿੱਤੀਆਂ। ਔਰ ਗੱਲ ਇਹ ਕਿ ਤੁਹਾਨੂੰ ਦਿਖਾਉਣਾ ਚਾਹਿਆ ਕਿ ਆਹ ਦੇਖ ਲਓ ਗਰੀਬ ਪਰਿਵਾਰ ਹੈ ਉਹਨਾਂ ਦੇ ਹੁਣ ਲੈਂਟਰ ਦੀ ਤਿਆਰੀ ਹੈ ਕੁਛ ਟਾਈਮ ਬਾਅਦ ਛੱਤਾਂ ਵੀ ਪੈ ਜਾਣਗੀਆਂ। ਇਸ ਮਾਤਾ ਦੀਆਂ ਘਰ ਦੀਆਂ ਛੱਤਾਂ ਚੋਂਦੀਆਂ ਸੀ ਵਿਚਾਰੀ ਬਹੁਤ ਰੋਂਦੀ ਕਰਲਾਉਂਦੀ ਸੀਗੀ। ਸਾਡੇ MLA ਨੇ ਪੁਕਾਰ ਸੁਣੀ ਇਹਨਾਂ ਦੀ ਆ ਕੇ ਗਰੀਬ ਪਰਿਵਾਰ ਦੀ।